ਲੁਧਿਆਣੇ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਪੀਏਯੂ ਗਰਾਊਂਡ ਵਿੱਚ ਫੁੱਲ ਡਰੈਸ ਰਿਹਰਸਲ ਕੀਤੀ ਗਈ, ਜਿਸ ਵਿੱਚ ਲੁਧਿਆਣਾ ਦੇ ਪੁਲਿਸ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਇਸ ਵਿੱਚ ਸਕੂਲਾਂ ਦੇ ਬੱਚਿਆਂ ਨੇ ਵਿਸ਼ੇਸ਼ ਕਲਾਕਾਰੀ ਵਿਖਾਈ ਅਤੇ ਸਪੈਸ਼ਲ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਵੀ ਕੀਤਾ ਗਿਆ। ਜਿੱਦਾਂ ਤੁਸੀਂ ਦੇਖਿਆ ਹੈਗਾ, ਬੱਚਿਆਂ ਨੇ ਕਾਫੀ ਮਿਹਨਤ ਕੀਤੀ ਹੈ। 1500 ਤੋਂ ਵੱਧ ਬੱਚਾ ਇਸ ਵਾਰੀ ਪਾਰਟੀਸਪੇਟ ਕਰ ਰਹੇ ਹੈ ਅਤੇ ਉਹਨਾਂ ਦੀ ਬਹੁਤ ਮਿਹਨਤ ਲੱਗੀ ਹੈ। ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਜ਼ਰੂਰ ਇਹ ਦੇਖਣ। ਅਤੇ ਸਾਡੇ ਜਿਹੜੇ ਚੀਫ ਗੈਸਟ ਨੇ, ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਬਲਕਾਰ ਸਿੰਘ ਜੀ ਇੱਥੇ ਆਪਣੀ ਆਮਦ ਕਰ ਰਹੇ ਹੈਗੇ ਹੈ। ਐਂਡ ਮੈਂ ਸਾਰਿਆਂ ਨੂੰ ਹੀ ਤੁਹਾਡੇ ਮਾਧਿਅਮ ਰਾਹੀਂ ਹੈਪੀ ਇੰਡੀਪੈਂਡੈਂਸ ਡੇ ਕਹਿਣਾ ਚਾਹੁੰਦੀ ਹਾਂ। ਅਤੇ ਇਸ ਵਾਰੀ ਸਪੈਸ਼ਲੀ ਅਸੀਂ ਜਿਹੜੇ ਸਾਡੇ ਸਪੈਸ਼ਲ ਚਿਲਡਰਨ ਹੈ ਉਹਨਾਂ ਨੂੰ ਇਸ ਪ੍ਰੋਗਰਾਮ 'ਚ ਉਹਨਾਂ ਦੀ ਹੁਨਰ ਨੂੰ ਅੱਗੇ ਲਿਆਉਣ ਲਈ ਤੁਹਾਡੇ ਸਾਹਮਣੇ ਉਹਨਾਂ ਨੂੰ ਕੀਤਾ ਹੈਗਾ ਹੈ ਅਤੇ ਉਹ ਬਹੁਤ ਹੀ ਸੋਹਣੀ ਆਪਣੀ ਪਰਫੋਰਮੈਂਸ ਕਰ ਰਹੇ ਹੈਗੇ ਹੈ। ਜੇ ਅਸੀਂ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਫਿਰ ਸਿਕਿਉਰਿਟੀ ਪੁਆਇੰਟ ਆਫ ਵਿਊ ਤਾਂ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਪੱਖੋਂ ਸਾਰੇ ਇੰਤਜ਼ਾਮ ਕੀਤੇ ਗਏ ਹੈਗੇ ਹੈ ਐਂਡ ਸਾਰੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜਿੱਦਾਂ ਮੈਂ ਦੱਸਿਆ ਸੀਗਾ ਕਿ ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਬਲਕਾਰ ਸਿੰਘ ਜੀ ਇੱਥੇ ਆਪਣੀ ਆਮਦ ਕਰਨਗੇ ਅਤੇ ਉਹ ਝੰਡਾ ਲਹਿਰਾ ਰਹੇ ਹੈਗੇ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੇਸ਼ਕਸ਼ ਹੈਗੀ ਹੈ ਬੱਚਿਆਂ ਦੀ ਉਹ ਹੋਊਗੀ ਅਤੇ ਸਪੈਸ਼ਲ ਚਿਲਡਰਨ ਸਪੈਸ਼ਲੀ ਅਸੀਂ ਉਹਨਾਂ ਦੇ ਹੁਨਰ ਨੂੰ ਅੱਗੇ ਵਧਾਉਣ ਲਈ ਉਹ ਅੱਜ ਉਹ ਉਸ ਦਿਨ ਮੌਕੇ 'ਤੇ ਪਾਰਟੀਸਪੇਟ ਕਰੇ। ਅੱਜ ਉਹਨਾਂ ਦੀ ਤੁਸੀਂ ਪੇਸ਼ਕਾਰੀ ਦੇਖੀ ਵੀ ਹੋਣੀ ਹੈ ਅਤੇ ਸਿਕਿਉਰਿਟੀ ਪੁਆਇੰਟ ਆਫ ਵਿਊ ਜਿੱਦਾਂ ਮੈਂ ਦੱਸਿਆ ਸੀਗਾ ਸਾਰਾ ਕੁਝ ਮੁਕੰਮਲ ਹੋ ਚੁੱਕਿਆ ਹੈ। ਜੀ ਸਾਡੇ ਦੋ ਪੁਲਿਸ ਕਰਮੀ ਹੈਗੇ ਹੈ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਹੈ ਅਤੇ ਉਹਨਾਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਹੈ। ਅਤੇ ਬਾਕੀ ਜਿਹੜੀ ਸਟੇਟ ਅਵਾਰਡੀਜ਼ ਦੀ ਲਿਸਟ ਹੈ ਉਹ ਵੀ ਅੱਜ ਰਾਤ ਤੱਕ ਐਕਸਪੈਕਟਿਡ ਹੈਗੀ ਹੈ ਤਾਂ ਉਹਦੇ ਵਿੱਚ ਵੀ ਅਸੀਂ ਹੋਪ ਕਰਦੇ ਹਾਂ ਕਿ ਲੁਧਿਆਣਾ ਦੇ ਜ਼ਿਲ੍ਹਾ ਨਿਵਾਸੀ ਉੱਥੇ ਵੀ ਆਪਣੀ ਉਹਨਾਂ ਦੀ ਵੀ ਕੋਈ ਚੋਣ ਹੋਵੇ ਅਸੀਂ ਦੇਖਦੇ ਹਾਂ ਜੀ। ਥੈਂਕ ਯੂ। ਸਰ, ਕਿਵੇਂ ਆਜ਼ਾਦੀ ਦਿਹਾੜਾ ਆ ਰਿਹਾ ਹੈਗਾ, 15 ਅਗਸਤ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੈ? ਮੰਤਰੀ ਵੀ ਆ ਰਹੇ ਹੈ ਅਤੇ ਫਿਰ ਮੇਰੀ ਰਸਮ ਅਦਾ ਕਰ, ਖਾਸ ਕਰਕੇ ਪਬਲਿਕ ਸਥਾਨਾਂ ਦੀ ਕਿਸ ਤਰ੍ਹਾਂ ਦੀ ਪੁਲਿਸ ਦੀ ਚੈਕਿੰਗ ਹੈ ਅਤੇ ਕਿੱਦਾਂ ਦੀ? ਦੇਖੋ, 15 ਅਗਸਤ ਨੂੰ ਧਿਆਨ 'ਚ ਰੱਖਦੇ ਹੋਏ ਸਾਡੇ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਹੈ ਇਹ ਆਲਰੇਡੀ ਜਿਹੜਾ ਅਸੀਂ ਬਣਾ ਕੇ ਉਹਨੂੰ ਜਾਰੀ ਕੀਤਾ ਹੁੰਦਾ ਤਾਂ ਉਹਦੇ ਵਿੱਚ ਅਸੀਂ ਸਫੀਸ਼ੈਂਟ ਫੋਰਸ ਜਿਸ ਤਰ੍ਹਾਂ ਦੀ ਸਾਨੂੰ ਰਿਕੁਆਇਰਮੈਂਟ ਹੁੰਦੀ ਹੈ, ਜਿੱਥੇ ਪਲੇਸ ਆਫ ਫੰਕਸ਼ਨ ਹੁੰਦਾ, ਕੋਈ ਨਾਕੇ ਹੁੰਦੇ ਆ, ਕੋਈ ਪੈਟਰੋਲਿੰਗ ਹੁੰਦੀਆਂ, ਉਹ ਅਸੀਂ ਸਫੀਸ਼ੈਂਟ ਜਿਹੜੀ ਫੋਰਸ ਆ ਡਿਪਲੋਏ ਕੀਤੀ ਹੈ ਅਤੇ ਹਰ ਤਰ੍ਹਾਂ ਨਾਲ ਲੋਅ ਐਂਡ ਆਰਡਰ ਠੀਕ ਰੱਖਿਆ ਜਾਏਗਾ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਕਰਨ ਦਿੱਤੀ ਹੋਊਗੀ ਅਤੇ ਸਾਡੀ ਫੋਰਸ ਦੀ ਜਿਹੜੀ ਮੂਵਮੈਂਟ 24/7 ਜਿਹੜੀ ਹੈ ਉਹ ਫੀਲਡ 'ਚ ਰਹੇਗੀ। ਦੇਖੋ, ਜਿਹੜੇ ਇਹ ਦਿਹਾੜੇ ਹੁੰਦੇ ਆ ਇਹਨਾਂ 'ਤੇ ਐਕਸਟਰਾ ਆਰਡਨਰੀ ਪ੍ਰੀਕੋਸ਼ਨਸ ਲਏ ਜਾਂਦੇ ਆ ਤਾਂ ਹਰ ਤਰ੍ਹਾਂ ਨੂੰ ਪ੍ਰੀਵੈਂਟ ਕਰਨ ਲਈ ਫੋਰਸ ਬਾਹਰ ਹੁੰਦੀ ਆ ਔਰ ਮੈਕਸੀਮਮ ਫੋਰਸ ਜਿਹੜੀ ਹੈ ਉਹਨੂੰ ਫੀਲਡ 'ਚ ਜਿਹੜਾ ਮੂਵ ਕੀਤਾ ਜਾਂਦਾ ਅਤੇ ਉਹ ਜਿਹੜੇ ਹਰ ਸਾਲ ਦੀ ਤਰ੍ਹਾਂ ਸਾਡੇ ਬੈਸਟ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਆ ਉਹ ਅਸੀਂ ਕੀਤੇ ਹੋਏ ਹਾਂ ਤਾਂ ਕਿਸੇ ਤਰ੍ਹਾਂ ਦੀ ਕੋਈ ਐਸੀ ਜਿਹੜੀ ਹੈ ਨਹੀਂ ਕੋਈ ਗੱਲ। ਦੇਖੋ, ਇਹ ਸਮੇਂ ਮੁਤਾਬਿਕ ਹੈ, ਜਿੰਨੀ ਸਫੀਸ਼ੈਂਟ ਫੋਰਸ ਜਾਂ ਨਾਕਿਆਂ ਦੀਆਂ ਜਾਂ ਸਿਟੀ ਸੀਲਿੰਗ ਪੁਆਇੰਟਸ ਹਨ ਉਹਨਾਂ ਦੇ ਵਿੱਚ ਜਿਹੜੇ ਸਾਡੇ ਪੁਆਇੰਟਸ ਬਣੇ ਆ ਉਹਨਾਂ 'ਤੇ ਡਿਪਲੋਏ ਕੀਤੇ ਜਾਏਗੀ। ਦੇਖੋ, ਇਹ ਸਾਡੇ ਮਤਲਬ ਪੈਨ ਪੰਜਾਬ 'ਚ ਵੀ ਸਾਡੇ ਮਾਨਯੋਗ ਡੀ ਜੀ ਸਾਹਿਬ ਲਾਅ ਐਂਡ ਆਰਡਰ ਵੱਲੋਂ ਵੀ ਸਮੇਂ ਸਮੇਂ ਸਿਰ ਜਿਹੜੇ ਸਾਨੂੰ ਹੁਕਮ ਆਉਂਦੇ ਰਹਿੰਦੇ ਔਰ ਅਸੀਂ ਆਪਣੇ ਵੱਲੋਂ ਵੀ ਡਰੱਗ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਜਿਹੜੀ ਪੈਨ ਪੰਜਾਬ ਦੇ ਵਿੱਚ ਚੱਲੀ ਹੈ
ਉਹਦੇ ਵਿੱਚ ਵੀ ਜਿਹੜੇ ਕਾਸੋ ਓਪਰੇਸ਼ਨ ਜਿਹੜੇ ਟਾਈਮ ਟੂ ਟਾਈਮ ਕੀਤੇ ਜਾ ਰਹੇ ਹੈ ਔਰ ਕਾਫੀ ਸਾਰੇ ਕੀਤੇ ਆ ਔਰ ਅੱਗੇ ਵੀ ਜੋ ਪਲਾਨ ਦੇ ਮੁਤਾਬਿਕ ਕੀਤੇ ਜਾਣਗੇ ਔਰ ਜਿੰਨੇ ਵੱਧ ਤੋਂ ਵੱਧ ਡਰੱਗ ਸਮਗਲਰ ਹੈ ਜਿਹੜੇ NDPS ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਅਤੇ ਹੁਣ ਅਸੀਂ ਰੀਸੈਂਟਲੀ ਜਿਹੜਾ ਇਸ ਮੁਹਿੰਮ ਦੇ ਤਹਿਤ ਡਰੱਗਸ ਔਰ ਗੈਂਗਸਟਰ ਦੇ ਖਿਲਾਫ ਜਿਹੜੀ ਹੈ ਮੁਹਿੰਮ ਦੇ ਵਿੱਚ ਜਿਹੜਾ NDPS ਦੇ ਜਿਹੜੇ ਸਮਗਲਰ ਆ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਉਹ ਅਸੀਂ ਅਟੈਚ ਕਰਾਈਆਂ ਅਤੇ ਉਹਦੇ ਵਿੱਚ ਅੱਗੇ ਜਿਹੜੀ ਉਹਨਾਂ ਦੀ ਪ੍ਰੋਪਰਟੀ ਹੈ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜਾ ਇਹ ਲੋਜੀਕਲ ਲੈਂਡ ਤੱਕ ਪਹੁੰਚ ਕੇ ਜਿਹੜੀ ਇਹ ਫੋਰਫੀਚਰ ਕਰਾਈ ਜਾਊ। ਦੇਖੋ NDPS ਦੇ ਵਿੱਚ ਇਹ ਹਰ ਅਦਾਰੇ ਦਾ ਇੱਕ ਆਪਣਾ ਰੋਲ ਅਦਾ ਕਰਿਆ ਹੁੰਦਾ, ਜਿਵੇਂ ਕਿ ਪੁਲਿਸ ਦਾ ਇਨਫੋਰਸਮੈਂਟ ਏਜੰਸੀ ਹੈ ਸਾਡਾ ਹੈ, ਉਹਨਾਂ ਨੂੰ ਫੜਨਾ, ਰਿਕਵਰੀ ਕਰਨੀ, ਪਰਚਾ ਦੇਣਾ, ਜੁਡੀਸ਼ੀਅਲ ਭੇਜਣਾ। ਉਹ ਤੋਂ ਬਾਅਦ ਜੇਲ੍ਹ ਦਾ ਆਪਣਾ ਇੱਕ ਰੋਲ ਅਦਾ ਕੀਤਾ ਜਾਂਦਾ ਵੀ ਉੱਥੇ ਉਹਨਾਂ ਨੂੰ ਰੱਖਣਾ, ਉਹ ਜੋ ਇੱਕ ਕਾਇਦੇ ਕਾਨੂੰਨ ਮੁਤਾਬਕ। ਉਹ ਤੋਂ ਬਾਅਦ ਪ੍ਰਕਿਰਿਆ ਜਿਹੜੀ ਹੈ ਕੋਰਟ ਦੀ ਸ਼ੁਰੂ ਹੁੰਦੀ ਹੈ, ਜਿਹੜੀ ਕੋਰਟ ਦੇ ਵਿੱਚ ਵੀ ਉਹਨਾਂ ਦੀ ਜੋ ਟ੍ਰਾਇਲ ਚੱਲਦਾ, ਟ੍ਰਾਇਲ ਤੋਂ ਬਾਅਦ ਉਹਨਾਂ ਨੂੰ ਜੋ ਸੈਂਟੈਂਸ ਹੋਣੀ ਹੁੰਦੀ ਹੈ ਉਹ ਕੀਤੀ ਜਾਂਦੀ ਹੈ। ਬਟ ਜਿਹੜਾ NDPS ਦੇ ਵਿੱਚ ਜਿਹੜਾ ਓਵਰਆਲ ਹਰ ਬੰਦੇ ਦਾ ਜਿਹੜਾ ਆਪਣਾ ਇੱਕ ਬੜਾ ਬਾਖੂਬੀ ਰੋਲ ਅਦਾ ਕੀਤਾ ਜਾ ਰਿਹਾ ਔਰ ਸਮਗਲਰਾਂ ਦੇ ਖਿਲਾਫ ਸਟੇਟ ਉੱਤੋਂ ਲੈ ਕੇ ਥੱਲੇ ਤੱਕ ਸਾਰੇ ਜਿਹੜੇ ਸਖਤੀ ਵਰਤੀ ਜਾ ਰਹੀ ਹੈ ਔਰ ਇਹਨਾਂ ਨੂੰ ਮੇਰੇ ਹਿਸਾਬ ਨਾਲ ਕਿਸੇ, ਕਿਉਂਕਿ ਸੁਸਾਇਟੀ ਵੀ ਇਹੋ ਜਿਹੇ ਲੋਕਾਂ ਦਾ ਸਾਥ ਨਹੀਂ ਦਿੰਦੀ। ਸਾਡੇ ਬੱਚੇ ਜਾਂ ਸਾਡਾ ਆਉਣ ਵਾਲਾ ਫਿਊਚਰ ਜਿਹੜਾ ਉਹ ਇਸ ਸਮਾਜ 'ਚ ਤਾਂ ਹੀ ਰਹੇਗਾ ਜੇ ਇਹ ਮਾੜੇ ਅਨਸਰ ਬਿਹਾਇੰਡ ਦੀ ਵਾਰ ਹੋਣਗੇ ਅਤੇ ਇਹਨਾਂ ਨੂੰ ਸਜ਼ਾ ਮਿਲੇ। ਤਾਂ ਇਹ ਸਾਰੇ ਅੱਛਾ ਰੋਲ ਅਦਾ ਕਰ ਰਹੇ ਔਰ ਇਹਦੇ ਵਿੱਚ ਕਾਫੀ ਜਿਹੜੀ ਹੈ ਕਨਵਿਕਸ਼ਨ ਹੋ ਰਹੀ ਹੈ ਜਿਹੜਾ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ। ਬਹੁਤ ਸਾਰੀਆਂ ਜਿਹੜੀਆਂ ਕੇਸਾਂ 'ਚ ਤੁਸੀਂ ਅਖਬਾਰਾਂ 'ਚ ਵੀ ਪ੍ਰਿੰਟ ਮੀਡੀਆ 'ਚ ਪੜ੍ਹਦੇ ਹੋਵੋਗੇ ਅਤੇ ਬਹੁਤ ਸਖਤ ਸਜ਼ਾ ਹੋਊਗੀ। ਇਹ ਅਸੀਂ ਤਕਰੀਬਨ 32 ਕੇਸ ਆ ਸਾਡੇ ਜਿਹੜੇ ਅਸੀਂ ਭੇਜੇ ਹਾਂ ਜਿਹੜੇ ਕੰਪੀਟੈਂਟ ਅਥਾਰਟੀ ਨੂੰ, ਔਰ ਕਮ ਸੇ ਕਮ ਸਾਡੇ 12 ਤੋਂ 14 ਕੇਸ ਜਿਹੜੇ ਆ ਜਿਹਨਾਂ ਦੇ ਆਲਰੇਡੀ ਰੀਸੈਂਟਲੀ ਆਰਡਰ ਆਏ, ਜਿਹਨਾਂ 'ਚ ਉਹਨਾਂ ਦੀ ਪ੍ਰੋਪਰਟੀ ਫਰੀਜ਼ ਹੋ ਗਈ, ਰੈਵਨਿਊ ਰਿਕਾਰਡ ਦੇ ਵਿੱਚ ਜਿਹੜਾ ਅੰਦਰਾਜ਼ ਹੋਣ ਨਾਲ ਜਿਹੜੀ ਉਹ ਪ੍ਰੋਪਰਟੀ ਨਾਲ ਸੇਲ ਹੋ ਸਕਦੀ, ਉਹ ਸਾਰੀਆਂ ਰੈਸਟ੍ਰਿਕਸ਼ਨ ਲੱਗ ਚੁੱਕੀਆਂ। ਬਟ ਜਿਹੜੀ ਫੋਰਫੀਚਰ ਵਾਲੀ ਹੈ ਉਹ ਹਜੇ ਪ੍ਰਕਿਰਿਆ ਚੱਲ ਰਹੀ ਹੈ, ਉਹ ਵੀ ਅਸੀਂ ਜਲਦ ਇਹਨੂੰ ਪੂਰਾ ਕਰਾ ਦਾਂਗੇ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।